ਸਤ ਸ੍ਰੀ ਅਕਾਲ ਵੀਰ ਜੀ ਮੈਂ ਥਾਰਾ ਗੱਲਾਂ ਗਲਾਕੜ ਪਰਮਜੀਤ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਘਾ ਸਵਾਗਤ ਬੜੀਆਂ ਖਬਰਾਂ ਦੇ ਉੱਪਰ ਰੁਕ ਰਾਂ ਵੀਰ ਚਰਨਜੀਤ ਚੰਨੀ ਪੰਜਾਬ ਕੇ ਵਿੱਚ ਮੈਂ ਇੱਕ ਵਾਰ ਫੇਰ ਵਾਪਸ ਆ ਗਿਆ ਯੋ ਕਹਿ ਲੋ ਛੱਲਾ ਮੁੜ ਕੇ ਨਹੀਂ ਆਇਆ ਗਾਣਾ ਬੜਾ ਪ੍ਰਚਲਿਤ ਹੋਇਆ ਤਾ ਪਰ ਚਰਨਜੀਤ ਚੰਨੀ ਨੇ ਸਾਬਤ ਕਰ ਦਿੱਤਾ ਬਈ ਕੈਨੇਡਾ ਗਿਆ ਪੰਜਾਬੀ ਆਰ ਬੰਦੂਕ ਤੇ ਨਿਕਲੀ ਗੋਲੀ ਲੋਕ ਕਾਇ ਕਰਤੇ ਕਦੇ ਵਾਪਸ ਨਹੀਂ ਮੁੜਦੇ ਪਰ ਚਰਨਜੀਤ ਚੰਨੀ ਨੇ ਵੀ ਅੱਜ ਰਿਕਾਰਡ ਤੋੜ ਤਿਆ ਬਾਈਸ ਕਰਕਾ ਕਿਉਂਕਿ ਵੀਰ ਚਰਨਜੀਤ ਚੰਨੀ ਵਾਪਸ ਆਪਣੇ ਘਰ ਆ ਗਿਆ ਔਰ ਚਰਨਜੀਤ ਚੰਨੀ ਨੇ ਵੀਰਾ ਜੋ ਕਹਿ ਲੋ ਵਾਪਸ ਮੁੜਨ ਤੇ ਬਾਅਦ ਸਿੱਧਾ ਜਾ ਕੇ ਸੋਨੀਆ ਗਾਂਧੀ ਕੀ ਕੁੜੀ ਗੈਲ ਮੁਲਾਕਾਤ ਕਰੀ ਉੱਥਾ ਦੱਸ ਕਾਇਆ ਕਰਾ ਮੈਂ ਆ ਗਿਆ ਕੋਈ ਕਾਸੀ ਬਾਤ ਨਹੀਂ ਕੋਈ ਗੱਲਬਾਤ ਕੋਈ ਪੁੱਛਣੀ ਕਰਨੀ ਔਰ ਜਦੈ ਟੈਲੀਫੋਨ ਗਿਆ ਰਾਜੇ ਬੜਿੰਗਪਾ ਰਾਜੇ ਬੜਿੰਗ ਨੇ ਟੈਲੀਫੋਨ ਕਰਿਆ ਫਿਰ ਰਾਜਾ ਬੜਿੰਗ ਕਹਿ ਰਿਹਾ ਕਹੇ ਵੀ ਚੰਨੀ ਵਾਪਸ ਆ ਗਿਆ ਈ ਬਹ ਸੀਐਮ ਭਗਵਾਨ ਤਮਾਨ ਕਰਿਆ ਜਿਹੜਾ ਸਵਾਲ ਲਗਾ ਜਵਾਬ ਲੈਣਾ ਚਾਹਾ ਬਾ ਕਹਾ ਜਾ ਕੇ ਉਸਨੂੰ ਪੁੱਛ ਲਿਓ ਚੰਨੀ ਨੂੰ ਮਤਲਬ ਹਾਲੇ ਚੰਨੀ ਨੇ ਆਪਣੇ ਘਰ ਆਗਾ ਟੈਚੀਆਂ ਨਹੀਂ ਖੋਲੀਆਂ ਟੈਚੀਆਂ ਦਾ ਮੂੰਹ ਨਹੀਂ ਖੋਲਿਆ ਪਰ ਇਸਕੇ ਗੈਲ-ਗੈਲ ਯੋ ਨਮਕ ਕੜਿਸ ਖੜਾ ਹੋ ਗਿਆ ਬੀ ਚੰਨੀ ਨੂੰ ਕਹਿ ਦਿਓ ਮੇਰਾ ਭਗਵਾਨ ਤੁਮਾਨ ਜਿਹੜੇ ਸਵਾਲ ਜਵਾਬ ਪੁੱਛੇਗਾ ਉਸਨੂੰ ਜਵਾਬ ਦੇ ਦੇ ਈਬਾ ਮਨ ਨੂੰ ਲੱਗ ਰਿਹਾ ਵੀ ਸੀਆਈ ਆਲੇ ਪੁੱਛ ਸਕਾਂ ਜੇ ਭਗਵਾਨ ਤੁਮਾਨ ਨੇ ਕੋ ਸਵਾਲ ਪੁੱਛਣਾ ਭਗਵਾਨ ਤੁਮਾਨ ਥੋੜੀ ਜਾਵੇਗਾ ਪੁੱਛਣ ਸੀਆਈ ਆਲੇ ਜਾ ਸਕਾਂ ਮੇਰਾ ਸੀਬੀਆਈ ਆਲੇ ਜਾ ਸਕਾਂ ਕਿਉਂ ਜਿਹੜੇ ਹੋਰ ਹੋਗਾ ਜਾਂਚ ਕਮੇਟੀ ਆਲੇ ਮਤਲਬ ਯੋ ਕਿਤੇ ਨਾ ਕਿਤੇ ਰਾਜੇ ਵਿਢਿੰਗ ਨੇ ਰੌਲਾ ਪਾ ਕਾ ਦੱਸ ਤਿਆ ਭਗਵੰਤ ਮਾਨ ਨੂੰ ਵੀ ਯੋ ਇਸ ਤਰ੍ਹਾਂ ਕਰ ਲੇ ਆਰੀਬ ਦੇਖੋ ਯੋ ਇਸਕੇ ਗੱਲ ਕਿਆ ਹੋਇਆ ਕਿਆ ਨਹੀਂ ਪਰ ਯੋ ਜਦ ਮਿਲਕਾ ਚੰਨੀ ਹਲੇ ਮੜਾ ਜਾ ਮਤਲਬ ਗੱਡੀਆਂ ਬੈਠਿਆ ਪੰਜਾਬ ਨੂੰ ਆਣ ਖਾਤਰ ਉਸਨੇ ਗੈਲਕਲ ਤੰਜਕਾਸਤਾ ਕਾ ਸੀਐਮ ਭਗਵੰਤ ਮਾਨ ਕਾ ਯੋ ਤੋ ਕੱਲਾ ਸਟੇਜਾ ਚਲਾ ਸਕਾ ਚੰਨੀ ਗਹਿਰਿਆ ਕਾ ਹੋਰ ਕੁਛ ਨਹੀਂ ਕਰ ਸਕਦਾ ਯੋ ਬਾਤ ਕਰੀ ਪਾਰਾ ਛੱਲਾ ਮੁੜ ਕੇ ਆਗਾ ਤਨਪਾਗ 7 ਮਹੀਨੇ ਬਾਅਦ ਯੋ ਕਾਂਗਰਸ ਕੇ ਸਾਹਿਬ ਕਾ ਮੁੱਖ ਮੰਤਰੀ ਕਾ ਮੂੰਹ ਦੇਖਣ ਨੂੰ ਮਿਲਿਆ ਦਰਸ਼ਨ ਹੋ ਗਏ ਯੋ ਪਹਿਲਾਂ ਬੱਕਰੀਆਂ ਚੋਏ ਕਰਤਾ ਟੈਂਟ ਲਾਇਆ ਕਰਦਾ ਸਾਊਂਡ ਦਾ ਕੰਮ ਕਰੇ ਕਰਤਾ ਯੋ ਸਾਰੇ ਕੰਮ ਕਰ ਛੱਡ ਗਿਆ ਦਾ ਪਰ ਯੋ ਕਲੋ ਚੰਨੀ ਸਾਹਿਬ ਇਹ ਥੋੜੇ ਦੇ ਰੁਕ ਜੋ ਸਾਹ ਸੋ ਲੈ ਲਿਓ ਇਹ ਵੀ ਨਹੀਂ ਪਤਾ ਜਿਦਾਂ ਸਾਧੂ ਸੀ ਕਿ ਧਰਮ ਸੂਤ ਆਸੂ ਤੋਂ ਉਸ ਇਹਨਾਂ ਨੇ ਸਵਾਲਾਂ ਦੇ ਜਵਾਬ ਦੇ ਕਿ ਆਪਦਾ ਤੁਹਾਨੂੰ ਵੀ ਨਾ ਇਸ ਤਰ੍ਹਾਂ ਕਿ ਰਜੀਮਾ ਆਣਾ ਪੈ ਜੇ। ਥਾਂ ਤੋਂ ਹੀ ਕਾਲੀ ਕਰ ਗਏ ਥੋੜਾ ਜਿਹਾ ਇੰਡੀਆ ਆਣੇ ਨੂੰ ਮੈਨੂੰ ਲੱਗ ਰਿਹਾ ਇਸ ਤਰ੍ਹਾਂ ਮਹਿਸੂਸ ਹੋ ਰਿਹਾ। ਹਰ ਦੋ ਚਾਰ ਦਿਨ ਦੇ ਵਿੱਚੋਂ ਮੈਨੂੰ ਲੱਗ ਰਿਹਾ ਪਟਾਕਾ ਪਵੇਗਾ। ਕਿਉਂਕਿ ਚੰਨੀ ਵਰਗਾ ਮੁੱਖ ਮੰਤਰੀ ਕਿਸੇ ਨੂੰ ਮਿਲਣਾ ਨਹੀਂ। ਚਾਰ ਪੰਜ ਮਹੀਨਿਆਂ ਵਿੱਚ ਇਤਨੇ ਐਲਾਨ ਕਰਤੇ ਇਤਨੀਆਂ ਫਾਈਲਾਂ 'ਤੇ ਸਾਈਨ ਕਰਤੇ ਕੋਈ ਸੋਚ ਵੀ ਨਹੀਂ ਸਕਦਾ ਵੀ ਇਤਨੀ ਫਾਈਲਾਂ 'ਤੇ ਸਾਈਨ ਚੰਨੀ ਕਰ ਕਿਤਰਾ ਗਿਆ ਉਸਕੇ ਪੈਨ ਦੀ ਸਿਆਹੀ ਨਹੀਂ ਖਤਮ ਹੋਈ ਕੁਝ ਨਹੀਂ ਹੋਇਆ। ਆਹ ਟੈਂਟ ਲਵਾਉਣੇ ਵਾਲੇ ਬਾਹ ਲੱਭਦੇ ਫਿਰਦੇ ਬੱਕਰੀਆਂ ਚੋਣੇ ਵਾਲੇ ਬਾਹ ਲੱਭਦੇ ਫਿਰਦੇ ਸਾਊਂਡ ਵਾਲੇ ਬਾਹ ਲੱਭਦੇ ਫਿਰਦੇ ਪਰ ਮੈਂ ਇੱਕ ਬਾਤ ਕਹਾਂ ਵੀ ਜੇ ਛੱਲੇ ਨੂੰ ਇਤਨੀ ਫਿਕਰ ਹੁੰਦੀ ਪੰਜਾਬ ਕੀ ਫਿਰ ਇੱਥੇ ਪੰਜਾਬ ਦੇ ਵਿੱਚ ਮੈਂ ਰਹਿੰਦਾ ਫਿਰ ਬਾਹਲੇ ਮੁਲਕ ਕਰਨ ਗਿਆ ਗਿਆ ਤਾਂ ਇਸ ਬਾਤ ਨੂੰ ਪਹ ਕਹਿ ਸਕਾਂ ਵੀ ਪਗੌੜਾ ਪਗੌੜਾ ਸਾਹਿਬ ਦੇ ਇਸ ਕਰਕੇ ਜਿਹੜਾ ਬੰਦਾ ਦੇਸ਼ ਛੱਡ ਕੇ ਚਲਿਆ ਗਿਆ ਮੌਲ ਮੌਸਮ ਠੀਕ ਹੋਣ ਤੋਂ ਬਾਅਦ ਮੁੜ ਕੇ ਆਇਆ ਯੋ ਕਿਤੇ ਨਾ ਕਿਤੇ ਵੀ ਇੱਕ ਬੜਾ ਸਵਾਲ ਖੜਾ ਹੋ ਜਾ ਕਿ ਬਾਕੀ ਹੀ ਚੰਨੀ ਸਾਹਿਬ ਆਪਣੀ ਕਾਰਗਜ਼ਾਰੀਆਂ ਮੈਂ ਸਹੀ ਆਖਰ ਚੰਨੀ ਨੂੰ ਕਿਉਂ ਵਾਪਸ ਪਿੱਛਾ ਜਾਣਾ ਪਿਆ ਐਸਾ ਕਿਆ ਕਲੇਸ਼ ਤਾਂ ਵੀ ਜਿਸ ਕਰਕੇ ਚੰਨੀ ਨੂੰ ਪਿੱਛਾ ਜਾਣਾ ਪਿਆ ਯੋ ਬਹੁਤ ਇਤਰਾਗੇ ਸਵਾਲ ਈਬ ਹੌਲੀ ਹੌਲੀ ਨਿਕਲ ਕੇ ਸਾਹਮਣੇ ਆਉਣਗੇ ਅਰ ਈ ਦੇਖੋ ਵੀ ਚੰਨੀ ਅਰ ਭਗਵਾਨ ਤਮਾਨ ਕੇ ਟਾਕਰਾ ਕਦ ਹੋਵੇਗਾ ਕਿੱਥਾ ਹੋਵੇਗਾ ਕਿਹੜੀ ਗੱਲਬਾਹ ਹੋਵੇਗਾ ਯੋ ਵੀ ਆਉਣ ਵਾਲਾ ਟਾਈਮ ਤੁਹਾਨੂੰ ਮੈਂ ਦੱਸਾਂਗਾ ਅਰਦਰ ਸੀਐਮ ਭਗਵੰਤ ਮਾਨ ਨੇ ਕਾਰੋਬਾਰੀਆਂ ਨੂੰ ਕਿਹਾ ਵੀ ਨਿਵੇਸ਼ ਕਰਨ ਵਾਸਤੇ ਆਤਮ ਪੰਜਾਬ ਆਓ। ਅਰ ਟਾਈਟਲ ਲਿਖਿਆ ਵਾ ਸੀਐਮ ਭਗਵੰਤ ਮਾਨ ਨੇ ਕਾਰੋਬਾਰੀ ਕਾਰੋਬਾਰੀਆਂ ਨੂੰ ਪੰਜਾਬ ਦੇ ਵਿੱਚਾਂ ਨਿਵੇਸ਼ ਕਰਨੇ ਦਾ ਸੱਦਾ ਦਿਆ। ਲੈ ਸੱਦਾ ਦੇਣ ਨੂੰ ਕਿਹੜਾ ਭਗਵੰਤ ਜੀਵਾਨ ਨੇ ਘਰ ਲੇਡੀ ਸੰਗੀਤ ਰੱਖਿਆ ਵਾ ਦਾ। ਵੀ ਸੱਦਾ ਦਿਆ ਅੱਜੋ ਸ਼ਾਮ ਨੂੰ ਢੋਲ ਕੀ ਬਾ ਵੀਦਾ ਪਾਣਾ। ਹਰ ਚੌਥੇ ਦਿਨ ਜਨਤਾ ਸੜਕਾਂ 'ਤੇ ਧਰਨਾ ਲਾ ਕੇ ਬਹਿ ਜਾ ਦੱਸ ਕਿਸੇ ਕੰਪਨੀ ਰੂਹ ਦਾ ਪੈਸਾ ਕਿਉਂ ਲੈਣਾ ਪਹਿਲਾਂ ਤਾਂ ਯੋ ਦੱਸੋ। हर पांचवे दिन कोई ना कोई कारोबारी यो गैंगस्टर की भेट चढ़ जा फिर अगला कारोबारी पैसा क्यों लाएगा बड़े सवाल बन जा डी जी पी साहब कह का मारे पंजाब मा कोई क्राइम है नहीं मारे पंजाब में मा पीसफुल इलाका मारा पंजाब का और नॉर्वे के गोरे का मोबाइल में चोरी कर का ले गए सरैम खोखा ले गए ये रहे जी क्राइम है नहीं जे कोई फैक्ट्री लग भी गई पहला वाह अपनी कंडीशन रख ला ਪੰਜਾਬੀ ਬੰਦਿਆਂ ਨੂੰ ਕੰਮ ਪਾ ਨਹੀਂ ਲੱਗਦੇ ਪਾਸਪੋਰਟ ਬਣਾਣੇ ਮ ਪੰਜਾਬ ਚੌਥੇ ਨੰਬਰ ਪਰ ਆ ਗਿਆ ਹਰ ਚੌਥੇ ਬੰਦੇ ਦੇ ਬਾਅਦ ਹਰ ਚੌਥੇ ਪੰਜਾਬੀ ਦੇ ਬਾਅਦ ਇੱਕ ਬੰਦੇ ਕੋਲ ਪਾਸਪੋਰਟ ਇਹ ਹਾਲ ਹੋ ਗਿਆ ਪਾਸਪੋਰਟ ਕਿਉਂ ਬਣਾ ਰਹੇ ਪੰਜਾਬ ਤੇ ਸਾਰੇ ਭੱਜਣ ਨੂੰ ਕਿਉਂ ਫਿਰ ਰਹੇ ਉਹ ਵੀ ਇੱਕ ਸਵਾਲ ਬਣ ਗਿਆ ਅੰਡਰ ਸਟੇਟ ਇਹ ਜੋ ਜਿਹੜੇ ਰੱਖਣੇ ਵਾਹ ਬੰਦਿਆਂ ਕੋਈ ਸਾਖ ਕਿਤਾਬ ਨਹੀਂ ਅਹ ਰੈਂਦੀ ਖੁੰਦੀ ਕ ਸਰਕਾਰ ਮੇਡ ਲੈਣਾ ਕਰਦਾ ਪੂਰਾ ਯੋ ਮੰਗਾ ਕਰੋ ਪੂਰੀਆਂ ਵਾ ਮੰਗਾ ਕਰੋ ਪੂਰੀਆਂ ਇਸ ਕਰਕੇ ਵੀ ਕਹਿ ਲੋ ਵੀਰ ਬੜਾ ਕਲੇਸ਼ ਖੜਾ ਹੋ ਜਾਣਾ ਚਲੋ ਘੈਰ ਸੱਦਾ ਦੇ ਆਵਾਮੇ ਕਿ ਨਹੀਂ ਆਵੇਂਗੇ ਯੋ ਬਾਤ ਕਿਹਾਂ ਬਾਤਾਂ ਪਰ ਪੰਜਾਬ ਦੇ ਵਿਚমা ਇਵ ਐਨ ਆਰ ਆਈ ਪਰਿਵਾਰਾਂ ਨੂੰ ਐਨ ਆਰ ਆਈ ਬੰਦਿਆਂ ਨੂੰ ਕੋਈ ਮੁਸ਼ਕਲਾ ਨਹੀਂ ਆਵੇਂਗਾ ਯੋ ਬਾਤ ਕੌਣ ਕਹਿ ਰਿਹਾ ਪੰਚਾਇਤ ਮੰਤਰੀ ਢਾਲੀਵਾਲ ਢਾਲੀਵਾਲ ਵਾਈ ਜਿਹੜਾ ਸਰਾ ਫੈਕਟਰੀ ਵਾਲਾ ਹਰ ਨਗਰੀ ਨੇ ਸਮਝਾਣ ਗਿਆ ਤਾਂ ਪਤਨੀ ਕਿਆ ਸਮਝਾ ਕਾਇ ਅਗਲੇ ਦਿਨ ਪੁਲਿਸ ਵਾਲੇ ਡੰਗਲੇ ਕਾ ਗਏ ਉਥਾਂ ਜਿਹੜੇ ਐਨ ਆਰ ਆਈ ਪਰਿਵਾਰ ਕੇ ਪਰੰਬਰ ਸਰਮਈ ਇੱਕ ਰਿਜ਼ੋਰਟ ਵਾਂ ਗੁੰਡਿਆਂ ਨੇ ਗੋਲੀਆਂ ਚਲਾਈਆਂ ਪਹਿਲਾਂ ਉਨ੍ਹਾਂ ਕੇ ਖਿਲਾਫ ਬਣਦੀ ਕਾਰਵਾਈ ਤੋ ਕਰ ਦਿਓ ਉਨ੍ਹਾਂ ਕੇ ਖਿਲਾਫ 305 7 ਦਾ ਪਰਚਾ ਦਰਜ ਕਰਿਆ ਉਸ ਕਾ ਤੋ ਦੱਸੋ ਕਿਆ ਬਣਿਆ ਬਾ ਬੀਬੀ ਕਾ ਇੱਕ ਦਿਨ ਮੈਂ ਬਿਆਨ ਛੋਟਿਆ ਤਾਂ ਬਾ ਬੀਬੀ ਕਹ ਰਹੀ ਕਾ ਪੰਜਾਬ ਸਰਕਾਰ ਕੋਈ ਹੈਲਪ ਨਹੀਂ ਕਰ ਰਹੀ ਮਾਰੀ ਥੰਮ ਕਰੇ ਐਨ ਆਰ ਆਈ ਨੂੰ ਕੋਈ ਮੁਸ਼ਕਿਲਾਂ ਨਹੀਂ ਆਉਣਗੇ ਦੱਸ ਐਨ ਆਰ ਆਈ ਨੂੰ ਮੁਸ਼ਕਲਾਂ ਨਹੀਂ ਆਉਂਗੇ ਫਿਰ ਇਹੋ ਬੰਦਿਆਂ ਕੋਲ ਹੱਲ ਕੱਢੋ ਪਹਿਲਾਂ ਪਹਿਲਾਂ ਇਹੋ ਬੰਦਿਆਂ ਕੋਲ ਹੱਲ ਕੱਢੋ 5 ਮਹੀਨੇ ਜੀਰੇ ਜਿਹੜੇ ਧਰਨਾ ਲਾ ਕੇ ਬੈਠੇ ਇਨਕਾ ਹੱਲ ਕੱਢੋ ਉਹਨਾਂ ਦਾ ਮਸਲਾ ਤਾਂ ਸਾਫ ਪਾਣੀ ਗਈ ਤਾਂ ਸਾਫ ਪਾਣੀ ਮੁਹੱਈਆ ਕਰਾ ਦਿਓ ਦਾਰੂ ਫੈਕਟਰੀ ਚੱਲਦੀ ਚੱਲੀ ਜਾਣ ਦਿਓ ਅਗਲਾਂ ਨੂੰ ਕੀ ਦਿੱਕਤ ਆ ਅਗਲੇ ਲੋਕ ਆਰੇ ਪਾਣੀ ਪੀ ਕੇ ਮਾਰੇ ਡੰਗਰ ਮਾਰ ਰਹੇ ਬੰਦੇ ਮਾਰ ਰਹੇ ਇਹ ਦੇ ਲਿਓ ਮਾਰੇ ਸੀਐਮ ਸਾਹਿਬ ਇਹ ਪਤਾ ਨਹੀਂ ਕੀ ਚੱਕਰ ਆ ਸੀਐਮ ਸਾਹਿਬ ਸਵੇਰੇ ਕੋਈ ਬਿਆਨ ਦੇ ਦਿਆਂ ਸ਼ਾਮ ਨੂੰ ਉਈ ਬਿਆਨ ਦੇ ਦਿਆਂ ਤੜਕੇ ਫੇਰ ਯੂ ਟਰਨ ਮਾਰ ਜਾ ਵੀ ਉਹ ਤਾਂ ਗੱਲ ਦੀ ਗੱਲ ਕਹਿ ਹੋ ਗਿਆ। ਯੋ ਕਿਤੇ ਨਾ ਕਿਤੇ ਕਹਿ ਲੋ ਵੀਰ ਜੀਰੇ ਮੋਰਚੇਵਾ ਯੋ ਨਗਦੋਂ ਨਗਦੀ ਕਰਾ ਕੇ ਮੁੜਕਾ ਆਏ ਜਿਹੜੇ ਉਹ ਮੰਤਰੀ ਸਾਹਿਬ ਯੋ ਇਸ ਤਰ੍ਹਾਂ ਕੇ ਬਿਆਨ ਇਬ ਦੇਰੇ ਪਹਿਲਾਂ ਯੋ ਕਰਦੇ ਵੀ ਅੰਬਰਸਰ ਵਾਲੇ ਐਨ ਆਰ ਆਈ ਪਰਿਵਾਰ ਨੂੰ ਇਨਸਾਫ ਦਵਾਣੇ ਦੇ ਬਾਅਦ ਕਹਿੰਦੇ ਵੀ ਉਹ ਦੇਖੋ ਮੰਨੇ ਉਨ੍ਹਾਂ ਇਨਸਾਫ ਦਵਾਇਆ ਇਬ ਥੰਬੀ ਫਿਕਰ ਨਾ ਕਰੋ ਥਾਰਾ ਵੀ ਹੱਲ ਹੋਵੇਗਾ। ਅਰੂੜਾ ਜੀਰੇ ਦੇ ਵਿੱਚ ਮਾ ਗੈਰ ਕਾਨੂੰਨੀ ਸ਼ਰਾਬ ਫੈਕਟਰੀ ਕਾ ਵੀ ਜੀਰੇ ਦੇ ਬਾਹਰ ਜਿਹੜਾ ਤਾਂ ਜੀਰੇ ਵਿੱਚ ਸ਼ਰਾਬ ਫੈਕਟਰੀ ਹੈ ਬਾਹਰ ਧਰਨਾ ਲੱਗ ਰਿਹਾ ਇਸ ਨੂੰ ਗੈਰ ਕਾਨੂੰਨੀ ਦੱਸਿਆ ਯੋ ਸਨਾਮ ਵਾਲਾ ਜਿਹੜਾ ਐਮ ਐਲ ਏ ਅਮਨ ਅਰੂੜਾ ਕਹੇ ਰਾ ਬਈ ਯੋ ਗੈਰ ਕਾਨੂੰਨੀ ਬਿਨਾਂ ਗੱਲ ਤੋਂ ਧਰਨਾ ਲਾਇਆ ਵਾ ਇਹ ਅਰੂੜੇ ਦਾ ਬਿਆਨ ਐਮ ਐਲ ਏ ਸਨਾਮ ਪਹਿਲਾਂ ਧਰਨਾ ਲਗੇ ਕਰਤਾ ਯੋ ਜਨਾਬ ਜਾਕਾ ਨਾਲ ਬਹਿਜੇ ਕਰਤੇ ਯੋ ਰਾਤ ਨੂੰ 2 2 ਵਜੇ ਜਾ ਕੇ ਸ਼ਿਵਦਾ ਸੈਂਟਰਾਂ ਕੇ ਬਾਹਰ ਫਿਰੇ ਕਰਤੇ ਈ ਇਹਨਾਂ ਨੂੰ ਧਰਨੇ ਕੋਈ ਮਤਲਬ ਵਾਲੇ ਕੋਈ ਬੇਮਤਲਬ ਵਾਲੇ ਲੰਝੜੇ ਲਾਗੇ ਕਈ ਬੇਲੋੜੇ ਬੇਮਤਲਬ ਹੁਣ ਕਾ ਡਿਮਾਂਡ ਤੋਂ ਯੂਵੀ ਪਾਣੀ ਜ਼ਹਿਰ ਹੋ ਰਿਆ ਪਾਣੀ ਨੂੰ ਸਾਫ ਕਰਕੇ ਦੋ ਮੋਟਰਾਂ ਦਾ ਪਾਣੀ ਤੁਸੀਂ ਯੋ ਪਰਿਵਾਰ ਸਵੇਤ ਅਰੋੜਾ ਸਾਹਿਬ ਪੰਜ ਦਿਨ ਥਾ ਪੀ ਕੇ ਦੇਖ ਲਓ ਉੱਥੇ ਜਿਸ ਕਾ ਹੱਲ ਹੋ ਰਿਆ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਫਿਰ ਕਿਆ ਚੱਕਰ ਫਿਰ ਇਸਨ ਬੇਮਤਲਬ ਬੇਲੋੜਾ ਕਹਿ ਸਕਾਂ ਆਪਾਂ 15 ਦਿਨ ਕੈਬਨਟ ਕੇ ਮੰਤਰੀ ਥਾ ਜਾ ਕੇ ਬੈਗਾ ਪਾਣੀ ਪੀਓ ਧਰਨਾ ਤੋਂ ਆਪਣੇ ਆਪ ਮੁੱਕ ਜਾਏਗਾ ਬਾਕੀ ਦੂਸਰੀ ਵਾਰ ਜੋ ਵੀ ਪੰਜਾਬ માં ਹੋਰ ਵੀ ਸਰਾ ਫੈਕਟਰੀਆਂ ਮਾਰੇ ਇਲਾਕੇ ਬਨੂੜ ਸਰਾ ਫੈਕਟਰੀ ਬਵਾ ਫਿਰ ਬਨੂੜ ਬਨੂੜ ਦੇ ਬੰਦਿਆਂ ਨੂੰ ਵੀ ਇਸ ਕੇ ਉੱਪਰ ਵਿਚਾਰ ਕਰਨਾ ਚਾਹੀਦਾ ਕਿ ਬਨੂੜ ਦੇ ਵਿੱਚੋਂ ਵੀ ਗੰਦਾ ਪਾਣੀ ਆ ਰਿਹਾ ਬਨੂੜ ਦੇ ਵਿੱਚ ਮਿਲ ਡੰਗਰ ਮਾਰ ਰਹੇ ਪਾਣੀ ਪੀਪੀਗਾ ਕਿਆ ਕੱਲੇ ਜੀਰੇ ਦੇ ਵਿੱਚ ਗੰਦਾ ਪਾਣੀ ਆ ਰਿਹਾ ਇਹ ਵੀ ਉਹ ਵੀ ਸਵਾਲ ਬਣ ਗਿਆ ਵੀਰ ਬਾਕੀ ਹੈਰਾਨੀ ਦੀ ਗੱਲ ਜੋ ਵੀ ਸਤਪਾਲ ਸਿੰਘ ਕਹਿ ਰਾ ਰਾਣੇ ਗਰਜੀਤ ਦੀ ਫੈਕਟਰੀ ਇਹ ਵਾਰ ਤੋਂ ਬਥੇਰਾ ਰਾਲਾ ਪਾਇਆ ਕਰਤਾ ਅਰ ਉੱਥਾ ਜੀਰੇ ਤੱਕ ਨਹੀਂ ਉਸਕੇ ਪਰ ਕੋਈ ਬੋਲਿਆ ਕੁਛ ਅਰ ਅਗਲੇ ਆਗੇ ਜਵਾਕ ਮਰ ਰਹੇ ਪਸ਼ੂ ਮਰ ਰਹੇ ਯੋ ਸਾਇੰਟਿਫਿਕ ਸਟੱਡੀ ਕਾ ਚਾਹੀਦੀ ਕਾ ਦੱਸ ਬਾਹਰਲੀ ਸੇਟਾਂ ਕੀ ਅਖਬਾਰਾਂ ਮਾ ਅਰ ਹੋਰ ਐਡਾ ਮਾ ਜਥਾ ਪੈਸੇ ਲਾ ਮਾ ਉੱਥਾ ਦੱਸੋ ਵੀ ਕਿਹੜੇ ਖਜ਼ਾਨੇ ਪਰ ਨੁਕਸਾਨ ਹੋ ਰਿਹਾ ਕਾ ਵੀ ਨੋਟਾਂ ਛਾਪਣ ਵਾਲੇ ਕਾ ਪੰਜਾਬ ਸਰਕਾਰ ਨੇ ਮਸ਼ੀਨ ਥੋੜੀ ਲਾਈ ਵੀ ਕਾਈ ਤੋ ਕਹਾ ਮਨ ਨੂੰ ਇਤਨਾ ਜੁਰਮਾਨਾ ਪੈ ਗਿਆ ਉਤਨਾ ਜੁਰਮਾਨਾ ਪੈ ਗਿਆ ਯੋ ਵੀਰ ਕਿਤੇ ਨਾ ਕਿਤੇ ਯੋ ਬੜੇ ਸਵਾਲ ਖੜੇ ਹੋਗੇ ਸਰਕਾਰ ਨੂੰ ਫੰਡ ਦਿਖਣ ਲੱਗ ਗਏ ਲੋਕਾਂ ਦਾ ਕੋਈ ਲੈਣਾ ਦੇਣਾ ਨਹੀਂ ਲੋਕ ਜਾ ਮੈਂ ਠੱਠੇ ਖੂਕੇ ਵਿੱਚ ਮੈਂਨੂੰ ਕੋਈ ਮਤਲਬ ਨਹੀਂ ਦਿੱਲੀ ਵਾਂ ਮੋਦੀ ਖਿਲਾਫ ਧਰਨਾ ਤਾਂ ਯੋ ਰੋਜ਼ ਨਵੇਂ ਸਾਜਾਂ ਗਏ ਨਵੀਆਂ ਚੰਝਰਾ ਪਾਗਾ ਨੱਚੀ ਕਰਤੇ ਸਾਰੇ ਯੋ ਲੀਡਰ ਈ ਵੀ ਨਾ ਨੱਚਣ ਦੀ ਲੋੜ ਨਹੀਂ ਈ ਵੀ ਲੋਕਾਂ ਨਚਾਣ ਲੱਗ ਗਏ ਇਹਨਾਂ ਨੇ ਆਪਣੇ ਆਤਮਾ 'ਵਾਂ ਡੰਮਰੂ ਫੜ ਲਿਆ ਡੰਮਰੂ ਲੱਗ ਗਏ ਜਾਣ ਆਹ ਰੁਦਰ ਰਣਜੀਤ ਬਾਵੇ ਘਰਾਂ ਰੇਡ ਪੈ ਗਈ ਪੁਲਿਸ ਵਾਲਿਆਂ ਦੀ ਪੁੱਠਾ ਆਏ ਵੇ ਦੇ ਕਾ ਯੋ ਇੱਕ ਬੜਾ ਸਵਾਲ ਖੜਾ ਹੋ ਗਿਆ ਬਈ ਚਲੋ ਰਣਜੀਤ ਬਾਵੇ ਨੇ ਕਿਸ ਦੇ ਖਿਲਾਫ ਕਿਆ ਬੋਲਿਆ ਕਿਆ ਨਹੀਂ ਬੋਲਿਆ ਇਸ ਦੇ ਉੱਪਰ ਮੈਂ ਨਾ ਜਾਕਾ ਮੈਂ ਯੋ ਗੱਲ ਥਾਰੇ ਗੱਲ ਸਾਂਝੀ ਕਰ ਰਿਆ ਬਈ ਯੋ ਕਈ ਇਸ ਤਰ੍ਹਾਂ ਦੇ ਬਗਲੇ ਭਗਤ ਇਨਾ ਪਾ ਧਿਆਨ ਦੋ ਮੋਦੀ ਭਗਤ ਯੋ ਕਹਿ ਲੋ ਵੀਰ ਅਰ ਹੋਰ ਇਸ ਤਰ੍ਹਾਂ ਦੇ ਭਗਤ ਜਿਹੜੇ ਵੀਰ ਮਨ ਸੁਣ ਰਹੇ ਉਹਨਾਂ ਨੂੰ ਮੈਂ ਬੇਨਤੀ ਕਰਾਂ ਵੀ ਬਹੁਤ ਇਸ ਤਰ੍ਹਾਂ ਦੇ ਬੰਦੇ ਜਿਹੜੇ ਦੇਸ਼ ਛੱਡ ਕੇ ਚਲੇ ਗਏ बारले देश नजारे लुट रहे लेकर आएंगे इसके पर करो और बाकी भी नहीं बा, यो, यो, के माना कि किसान के बा मानना चाहता क्योंकि किसान जथेबंदिया यो कह रहे थे कहा जरा ये पहले बाबा गैल जाकर खड़े करता ये बावे गैल खड़ो जाका बाकी पंजाब के नब्बे परसेंट गैर कानूनी माइनिंग बंद करती बैंस कल इसका बयान आया आम आदमी पार्टी आकड़ी कंटा लाका बह गए भीर रहे अपना माल बेचेंगे किसी किसी नहीं बेचण देना आप का उथा लावेंगे सारा सिस्टम इस सिस्टम के में आप मुरे मुके आप मुहारे हो का काम करेंगे तीसरे दिन का बयान आ जा रही गुस्से के रेते के ठेकेदार यो रेत का रेट चकदा ਹੇਠਲੇ ਪੱਧਰ 'ਵਾਂ ਕੁਛ ਨਹੀਂ ਹੋਣਾ ਉੱਪਰਲੇ ਪੱਧਰ 'ਵਾਂ ਜਾ ਕੇ ਕਰੋ ਹੱਲ ਵਸਾਲੀ ਇਸ ਕਾ ਵੀਰ ਗੱਲਾਂ ਗੈਲ ਕੁਛ ਨਹੀਂ ਬਣਦਾ ਮੈਂ ਬਾਰ-ਬਾਰ ਕਹਿ ਰਿਹਾ ਰੇਟ ਕੇ ਰੇਟ ਦੁੱਗਣੇ ਹੋ ਗਏ ਆਮ ਇਨਸਾਨ ਨੂੰ ਕਿਆ ਮਿਲੇ ਚਿੱਕੂ ਕੁਛ ਵੀ ਨਹੀਂ ਹੋਣਾ ਵੀਰ ਬਾਜਰੀ ਨਹੀਂ ਸਸਤੀ ਰੇਤਾ ਨਹੀਂ ਸਸਤੀ ਨਜਾਇਜ਼ ਮਾਈਨਿੰਗ ਬੰਦ ਕਰੋ ਇੱਕ ਜਵਾਰ ਰੱਖੋ ਸਰਕਾਰ ਟਰੱਕਾਂ 'ਕੀ ਕਿਸ਼ਤਾ ਕਾ ਟਰੱਕਾਂ ਚਾ ਕਾ 4-4 ਲੱਖ ਦਾ ਜੁਰਮਾਨਾ ਕਰਨਗੇ ਮਾਫੀਆ ਦੀ ਸਰਕਾਰ 42 ਰੁਪਏ ਮਿਲ ਰਿਆ ਰਤਾ ਮਾਫੀਆ ਸਰਕਾਰ ਕਹਿ ਜਿਹੜੀ ਨੂੰ ਪਹਿਲਾਂ ਕਹਿ ਕਰਦਾ ਮਾਫੀਆ ਸਰਕਾਰ ਜਦ 42 ਰੁਪਏ ਰੇਡਤਾ ਈ ਇਮਾਨਦਾਰਾਂ ਦੀ ਸਰਕਾਰ ਈ ਬਰੇਤਾ 150 ਰੁਪਏ ਮਿਲ ਰਿਆ ਦੱਸੋ ਫੇਰ ਉਹ ਪਹਿਲੀ ਸਰਕਾਰ ਚੰਗੀ ਸੀ ਕਿ ਜੀ ਉਹ ਸਰਕਾਰ ਚੰਗੀ ਦੀ ਜੇ ਵਾਅਦਾ ਦੋ ਨੰਬਰ ਵਾਂ ਰੇਤਾ ਵੇਚ ਰਹੇ ਤੇ ਫੇਰ ਤੋਂ ਵਾਅ ਚੰਗੇ ਦੇ ਵੀਰਾ ਫੇਰ ਤੋਂ ਵਾਅ ਚੰਗੇ ਦੇ ਵਾਹ ਕਿਉਂ ਚੰਗੇ ਤੇ ਕਿਉਂਕਿ ਵੀਰਾ ਬੇਸਕ ਉਹ 2 ਨੰਬਰ ਵਾਲੇ ਤਾਬੇਚ ਨਹੀਂ ਵੇਚ ਰਹੇ ਤੇ ਪਰ ਆਮ ਲੋਕਾਂ ਨੂੰ ਤਰੇ ਸਹੀ ਵੀ ਰਦਾ ਕਿ ਤੂੰ ਆਮ ਲੋਕਾਂ ਕੋਲ ਰਿੱਤਾ ਹੀ ਨਹੀਂ ਮਿਲਦਾ ਵੀਰੇ ਥਾਰੇ ਮੂਰੇ ਹੀ ਥੰਮ ਦੇਖ ਲਿਓ ਆਪਣੇ ਆਪ ਆ ਰੁਦਰ ਕੈਪਟਨ ਅਮਰਿੰਦਰ ਸਿੰਘ ਕੀ ਸੁਣ ਲਿਓ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਰਾਹੁਲ ਗਾਂਧੀ ਉਪਰਤੰਜ ਕਸਿਆ ਰਾਹੁਲ ਗਾਂਧੀ ਕੇ ਯੋ ਜਿਹੜਾ ਵੀਰੇ ਰਾਹੁਲ ਗਾਂਧੀ ਭਾਰਤ ਜੁੜੋ ਯਾਤਰਾ ਚਲਾ ਰਿਆ ਕੈਪਟਨ ਵੀਰਿੰਦਰ ਸਿੰਘ ਨੇ ਬਿਆਨ ਕਰਿਆ ਕਹ ਰਾਹੁਲ ਗਾਂਧੀ ਨੂੰ ਪਤਾ ਹੀ ਨਹੀਂ ਜੋੜਨਾ ਕਿਸ ਨੂੰ ਕਾ ਇਸ ਨੂੰ ਯੋ ਹੀ ਨਹੀਂ ਪਤਾ ਜੋੜਨਾ ਕਿਸ ਨੂੰ ਕਾ ਇਹ ਫਿਰ ਰਿਹਾ ਕਿਹਡੇ ਖਾਂਦਾ ਔਰ ਮੈਨੂੰ ਲੱਗ ਰਿਹਾ ਵੀ ਵਾਹ ਉਹਨਾਂ ਨੂੰ ਜੋੜ ਰਿਹਾ ਜਿਨ੍ਹਾਂ ਨੂੰ ਇਹਨਾਂ ਨੇ ਤੋੜਿਆ ਪਹਿਲਾ ਕਾਂਗਰਸਪਰਤੀ ਬੀਜੇਪੀ ਮੈਂ ਚਲੇ ਗਏ ਪਹਿਲਾ ਪ੍ਰਨੀਤਕਾਰ ਨੂੰ ਕਹਿ ਕਾਇਓ ਹਸਤੀਫਾ ਕਰਾ ਮੈਂ ਕਿਉਂਕਿ ਕਿਸ ਨੂੰ ਕੌਣ ਜੋੜ ਰਿਹਾ ਕੌਣ ਨਹੀਂ ਇਹ ਜ਼ਰੂਰ ਪਤਾ ਲੱਗੇਗਾ ਬਾਕੀ ਇਹ ਵੀ ਹੋ ਸਕਦਾ ਕਿ ਆਪਤਾ ਰਾਹੁਲ ਗਾਂਧੀ ਕੈਪਟਨ ਅਭਿਰਿੰਦਰ ਸਿੰਘ ਕੇ ਘਰ ਆ ਨੀਆ ਇਸ ਕਰਕੇ ਵੀ ਸਰਦਾਰ ਜੀ ਗੁੱਸਾ ਕਰ ਗਏ ਹੋਮੈਂ ਇਹ ਵੀ ਹੋ ਸਕਦਾ ਚਲੋ ਖैर ਲਾਡਾ ਡਿਸਕਸ਼ਨ ਡੇ ਪ੍ਰੋਗਰਾਮ ਕੇ ਵਿੱਚ ਮੈਂ ਜੋ ਅੱਜ ਦੀਆਂ ਬਲੀਆਂ ਖਬਰਾਂ ਥਾਰੇ ਖਾਤਰ ਹੈ ਅਰ ਕੱਲੂ ਸੀਟੈਂਥ ਥਾਰੇ ਗੱਲ ਫੇਰ ਸਿੱਧੀ ਗੱਲਬਾਤ ਕਰਾਂਗੇ ਇਸੀ ਪ੍ਰੋਗਰਾਮ ਦੇ ਵਿੱਚ ਈਵ ਸਾਰਿਆਂ ਨੂੰ ਲਾਡੇਗੀ ਪਿਆਰ ਅਰ ਸਤਿਕਾਰ ਭਰੀ ਸਾਸਤਰੀ ਕਾਲ